ਅੱਛਾ, ਅਸੀਂ ਜਦੋਂ ਆ ਰਹੇ ਸੀ ਡਨੀਡਨ ਤੋਂ ਤਾਂ ਸਾਨੂੰ ਐਨਵੀ ਸਾਡਾ ਜਿਹੜਾ ਵੀਰਿਆ ਉਹਨੇ ਕਿਹਾ, ਭਾਜੀ ਜਦੋਂ ਤੁਸੀਂ ਨਾ ਕ੍ਰਾਈਸਟਚਰਚ ਵੱਲ ਨੂੰ ਤੁਰੇ ਜਾਣਾ ਤੇ ਵਿਚਕਾਰ ਨਾ ਟਿਮਰੂ ਸ਼ਹਿਰ ਆਉਣਾ, ਇੱਕ ਤਾਂ ਸ਼ਹਿਰ ਬਹੁਤ ਸੋਹਣਾ ਤੇ ਉੱਥੇ ਆਪਣੇ ਪੰਜਾਬੀ ਵੀਰਿਆ ਚਾਹ ਕੜਾਕੇ ਵਾਲੀ ਬਣਾ ਕੇ ਦਿੰਦੇ ਆ ਤੇ ਬਰਗਰ ਬਾ ਕਮਾਲ। ਅਸੀਂ ਜਦੋਂ ਚੱਲੇ ਆ ਰਹੇ ਸੀ ਤੇ ਨੈਕਸਟ ਵੀ ਟਿਮਰੂ ਸ਼ਹਿਰ ਪਹਿਲੀ ਵਾਰੀ ਦੇਖਣਾ ਆ, ਇੱਥੇ ਕੋਈ ਹਾਰਡਲੀ ਕਦੀ ਸੁਣਿਆ ਨਹੀਂ ਸੀਗਾ ਕਿ ਕੋਈ ਪੰਜਾਬੀ ਹੋਊਗਾ, ਲੇਕਿਨ ਬਰਗਰ ਬੋਇਜ਼ ਐਂਟਰ ਕਰਦਿਆਂ ਸਾਡੀ ਖੁਸ਼ੀ ਦਾ ਕੋਈ ਕਿਨਾਰਾ ਨਹੀਂ ਰਿਹਾ ਜਦੋਂ ਸਾਡੇ ਦੋ ਪੰਜਾਬੀ ਵੀਰ ਪੰਜਾਬੀ ਦੇ ਵਿੱਚ ਸਾਡੇ ਨਾਲ ਇੱਥੇ ਗੱਲ ਕਰਕੇ ਨੈਚੁਰਲੀ ਸਾਨੂੰ ਜੀ ਆਇਆ ਆਖ ਰਹੇ ਸੀ। ਬਰਗਰ ਬੋਇਜ਼ ਤੋਂ ਗੁਰਬਾਜ਼ ਤੇ ਨਾਲ ਦੇ ਨਾਲ ਗਗਨ ਦੋਨੇ ਹੀ ਸਾਡੇ ਵੀਰਾਂ ਨੇ ਤਕਰੀਬਨ 3 ਮਹੀਨੇ ਪਹਿਲਾਂ ਗਗਨ ਸ਼ੁਰੂ ਕੀਤਾ ਬਿਜ਼ਨਸ। ਜੀ ਭਾਈ ਜੀ, ਮੈਨੂੰ ਇੱਕ ਚੀਜ਼ ਦੱਸੋ, ਤੁਹਾਡਾ ਦਿਮਾਗ ਠੀਕ ਹੈ ਕਿ ਆ ਮਿਡਲ ਆਫ ਇੱਥੇ ਕਦੀ ਇੱਧਰ ਇੱਧਰ ਤਾਂ ਕਦੀ ਸੁਣਿਆ ਨਹੀਂ ਸੀਗਾ ਕਿ ਪੰਜਾਬੀ ਜਿਹੜਾ ਇੱਥੇ ਆ ਕੇ ਵਸਿਆ ਹੋਵੇ। ਆਈ ਮੀਨ ਪਹਿਲੋਂ ਨੈਚੁਰਲੀ ਡਿਵੀਜ਼ਨ ਤਾਂ ਆਪਾਂ ਦੇਖਿਆ, ਕ੍ਰਾਈਸਟਚਰਚ ਸੁਣਿਆ, ਸੋ ਆਈਡੀਆ ਕਿੱਥੋਂ ਆਇਆ ਕਿ ਨਹੀਂ ਟਿਮਰੂ ਦੇ ਵਿੱਚ ਬਿਜ਼ਨਸ ਸ਼ੁਰੂ ਕਰਨਾ ਆਪਾਂ? ਨਹੀਂ ਭਾਜੀ, ਅਸੀਂ ਕਾਫੀ ਟਾਈਮ ਤੋਂ ਦੇਖ ਰਹੇ ਸੀਗੇ ਬਿਜ਼ਨਸ, ਹਾਂਜੀ, ਪਰ ਅਸੀਂ ਜਿੱਦਾਂ ਐਕਸਪਲੋਰ ਕੀਤਾ ਫਿਰ ਅਸੀਂ ਇੱਥੇ ਵੀ ਆਏ, ਟਿਮਰੂ ਵੀ ਆਏ, ਡਨੀਡਨ ਵੀ ਦੇਖ ਰਹੇ ਸੀਗੇ ਜੀ। ਪਰ ਇੱਥੇ ਕਹਿ ਲਓ ਕਿ ਜਿੱਦਾਂ ਆੜੀ ਸਟਾਈਲ ਦੇ ਵਿੱਚ ਜਿਹੜੇ ਬਰਗਰ ਬਣਾਉਂਦੇ ਆ ਜਿਹੜੇ, ਉਹ ਫੈਨ ਨਹੀਂ ਸੀਗੇ। ਤਾਂ ਫਿਰ ਅਸੀਂ ਸਟਾਰਟ, ਜਿੱਦਾਂ ਕਿ ਇਹਨੂੰ ਨੌਲੇਜ ਸੀਗੀ ਇਸ ਚੀਜ਼ ਦੇ ਬਾਰੇ, ਅੱਛਾ, ਤਾਂ ਫਿਰ ਅਸੀਂ ਇੱਥੇ ਸੋਚਿਆ ਕਿ ਇਹ ਵਧੀਆ ਆ, ਇੱਕ ਹਾਈਵੇ ਤੇ ਆ, ਲੋਕੀ ਕਾਫੀ ਰੁਕਦੇ ਆ ਜੀ ਇੱਥੇ, ਤਾਂ ਵਧੀਆ ਆ, ਚੱਲ ਰਿਹਾ ਭਾਜੀ। ਅੱਛਾ, ਮੈਨੂੰ ਦੱਸੋ ਗਗਨ, ਪਿੱਛੋਂ ਕਿੱਥੋਂ ਆਪਾਂ ਕਿਹੜੇ ਇਲਾਕੇ ਤੋਂ ਆ? ਉਦਾਂ ਭਾਜੀ ਬੈਕਗ੍ਰਾਉਂਡ ਸਾਡਾ, ਮੈਂ ਗੁਰਦਾਸਪੁਰ ਬਟਾਲੇ ਤੋਂ ਹਾਂ ਭਾਜੀ। ਅੱਛਾ, ਪਰ ਇਸ ਟਾਈਮ ਸਾਡੀ ਫੈਮਿਲੀ ਯੂਪੀ ਲਖੀਮਪੁਰ ਦੇ ਵਿੱਚ ਰਹਿ ਰਹੀ ਹੈ। ਲਖੀਮਪੁਰ ਪਲੀਆ ਤੋਂ ਆ ਤੁਸੀਂ? ਹਾਂਜੀ ਹਾਂਜੀ। ਸੋ ਤੁਸੀਂ ਖਹਿਰੇ ਜਿੱਥੇ ਬੱਸਾਂ ਵਾਲੇ ਆ ਤੇ ਧੰਨ ਖੇੜੀ ਦੇ ਲਾਗੇ ਆਉਂਦੀ ਹੋ ਕੇ ਦੁਧਵਾ ਨੈਸ਼ਨਲ ਪਾਰਕ ਦੇ ਲਾਗੇ ਰਹਿੰਦੇ? ਬਿਲਕੁਲ ਬਿਲਕੁਲ ਭਾਜੀ, ਬਸ ਅਸੀਂ ਉਸੇ ਇਲਾਕੇ ਦੇ। ਹਾਂਜੀ 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 ਵਾ, ਸ਼ਾਹਜਹਾਨਪੁਰ ਤੋਂ ਯੂਪੀ ਤੋਂ ਤੁਸੀਂ ਬੱਸ ਟ੍ਰੇਨ ਜਿਹੜੀ ਆ ਉਤਰਦੀ ਆ ਤੇ ਉੱਥੋਂ ਗਾ। ਸੋ ਨਿਊਜ਼ੀਲੈਂਡ ਕਦੋਂ ਆਏ ਗਗਨ ਤੁਸੀਂ? ਨਿਊਜ਼ੀਲੈਂਡ ਭਾਜੀ ਮੈਂ 2013 ਦੇ ਵਿੱਚ ਆਇਆ ਸੀਗਾ, ਪਹਿਲਾਂ ਸਟੱਡੀ ਕੰਪਲੀਟ ਕੀਤੀ, ਫਿਰ ਐਨਵੀ ਭਾਜੀ ਕੋਲੇ ਬੱਸ ਡਰਾਈਵਿੰਗ ਕੀਤੀ, ਇੱਥੋਂ ਪਹਿਲਾਂ ਸੁਪਰ ਮਾਰਕੀਟ ਚ ਕੰਮ ਕੀਤਾ। ਇਹ ਕਨੈਕਸ਼ਨ ਹੈ ਤੁਹਾਡਾ? ਜੀ ਜੀ ਜੀ। ਅੱਛਾ, ਐਨਵੀ ਭਾਜੀ ਨੇ ਕਾਫੀ ਸਪੋਰਟ ਕੀਤੀ ਜਦੋਂ ਵੀ ਇੱਥੇ ਆਉਂਦੇ, ਰੁਕੇ ਜਾਂਦੇ ਸਾਡੇ ਕੋਲੇ। ਜੀ ਜੀ ਜੀ, ਐਨਵੀ ਭਾਜੀ ਤਾਂ ਗ੍ਰੇਟ ਬੰਦੇ ਸਾਡੇ, ਗ੍ਰੇਟ ਬੰਦੇ। ਜੀ ਜੀ। ਸੋ ਮੈਨੂੰ ਦੱਸੋ ਇੱਕ ਗੱਲ ਕਿ ਮਤਲਬ ਕਿ ਇਸ ਸਾਰੇ ਦੇ ਵਿੱਚ ਹੁਣ ਮੈਨੂੰ ਸਵਾਲ ਜਿਹੜਾ ਹੈ ਨੈਚੁਰਲੀ ਗਗਨ ਦੇ ਨਾਲ ਗੁਰਬਾਜ਼ ਤੋਂ ਵੀ ਪੁੱਛਣਾ ਪੈਣਾ, ਆਪਣੇ ਦੇਈਓ ਦੋਨੇ ਪਾਸੇ ਵੀ ਪੜ੍ਹਾਈ ਦੋਨੇ ਜਾਣੇ ਸ਼ੇਅਰ ਕਰਦੇ ਜਾਈਏ ਜਿਹੜਾ ਹੈਗਾ। ਫਿਰ ਬਸ
ਬਰਗਰ ਬਣਾਉਣੇ ਕਿੱਥੋਂ ਸਿੱਖੇ ਯਾਰ, ਆਪਾਂ ਤਾਂ ਰੋਟੀਆਂ ਨੀ ਬਣਾਉਣੀਆਂ ਜਦੋਂ ਆਪਾਂ ਪੰਜਾਬ ਤੋਂ ਆਉਂਦੇ ਹਾਂ। ਐਕਚੁਅਲ ਇਹ ਦੱਸੋ ਕਿ ਬਰਗਰ ਕਿੱਦਾਂ, ਐਕਚੁਅਲ ਚ ਕਹਿੰਦੇ ਆ ਨਾ ਭਾਜੀ ਪਰਦੇਸ ਸਾਰਾ ਕੁਝ ਸਿਖਾ ਦਿੰਦਾ। ਹਾਂ ਬਿਲਕੁਲ 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 ਵਧੀਆ ਬਾਬੇ ਦੀ ਕਿਰਪਾ ਨਾਲ। ਸੋ ਕਿੱਥੋਂ ਸਿੱਖੇ ਬਰਗਰ, ਆਪ ਸਿੱਖੇ? ਹਾਂਜੀ ਭਾਜੀ, ਜਿੰਨਾ ਕੁ ਆਪਾਂ ਟੇਕ ਓਵਰ ਕੀਤਾ ਸੀਗਾ ਉਹਨਾਂ ਕੋਲ ਟ੍ਰੇਨਿੰਗ ਵੀ ਲਈ, ਟ੍ਰੇਨਿੰਗ ਕੁਛ ਆਪਣਾ ਇੰਟਰਸਟ ਵੀ ਹੈਗਾ ਸੀਗਾ। ਓਕੇ ਜੀ, ਓਕੇ। ਸੋ ਮੈਨੂੰ ਆਪਣਾ ਇਲਾਕਾ ਕਿਹੜਾ ਤੁਹਾਡਾ ਅੱਗੇ ਬਾਅਦ? ਮੈਂ ਜੀ ਹਰਿਆਣੇ ਤੋਂ ਹਾਂ, ਕੁਰਕਸ਼ੇਤਰ ਤੋਂ। ਬੱਲੇ, ਸੋ ਗੁਰਦਾਸਪੁਰ ਤੋਂ ਯੂਪੀ, ਯੂਪੀ ਕੁਰਕਸ਼ੇਤਰ, ਕੁਰਕਸ਼ੇਤਰ ਤੋਂ ਇੱਧਰ ਡਨੀਰਨ, ਡਨੀਰਨ ਤੋਂ ਤਿਮਰੂ, ਤੇ ਗਰਬਾਜ ਸਾਡਾ ਸ਼ੇਰ ਜਿਹੜਾ ਆ ਉਹ ਹਰਿਆਣੇ ਤੋਂ। ਹਾਂਜੀ ਜੀ। ਸੋ ਦੋਨੇ ਵੀਰ ਕਿੱਦਾਂ ਇਕੱਠੇ ਹੋਏ? ਮੈਂ, ਅੱਛਾ, ਮੈਂ ਭਾਜੀ ਦੇ ਨਾਲ ਕੰਮ ਕੀਤਾ, ਸਟਾਰਟਿੰਗ ਸੁਪਰ ਮਾਰਕੀਟ ਚ ਕੰਮ ਕੀਤਾ। ਅੱਛਾ, ਸਾਡਾ ਜਿਹੜਾ ਲਿੰਕ ਸੀਗਾ ਮਤਲਬ ਬਹੁਤ ਵਧੀਆ। ਅੱਛਾ, ਮੈਨੂੰ ਦੱਸੋ ਜਦੋਂ ਤੁਸੀਂ ਇਹ ਖਰੀਦੀ ਜਿਹੜੀ ਜਗ੍ਹਾ, ਨਾ ਉਦੋਂ ਦਾ ਬਰਗਰ ਬੋਏ ਸੀਗਾ ਕਿ ਤੁਸੀਂ ਰੱਖਿਆ ਹੈ, ਤੁਹਾਡਾ ਨਾਂ ਆ? ਬਿਲਕੁਲ ਬਿਲਕੁਲ, ਨਾਲੇ ਤੁਸੀਂ ਬੋਏ ਜਾ ਨਾਲੇ ਬਰਗਰ ਕਹਿੰਦੇ ਬਣਾ ਰਹੇ। ਅੱਛਾ, ਇਹ ਮੇਨ ਹਾਈਵੇ ਹੈ ਨੈਚੁਰਲੀ, ਹੈ ਨਾ, ਜਿਹੜਾ ਸਾਹਮਣੇ ਆ ਤੁਹਾਡਾ ਕੰਪੀਟੀਸ਼ਨ